ਦੇਸ਼ ਦੇ ਪ੍ਰਧਾਨ ਮੰਤਰੀ ਉਹ ਵੀ ਸ਼੍ਰੀ ਨਰਿੰਦਰ ਮੋਦੀ ਜੀ ਵਰਗੇ, ਜਦੋਂ ਅੱਜ ਉਹਨਾਂ ਨੇ ਸੰਬੋਧਨ ਕੀਤਾ ਸਾਰੇ ਕੈਂਡੀਡੇਟਾਂ ਦਾ ਨਾਂ ਲਿਆ, ਤੇ ਮੈਨੂੰ ਆਪਣਾ ਮਿੱਤਰ ਕਹਿ ਕੇ, ਆਪਣਾ ਦੋਸਤ ਕਹਿ ਕੇ ਰਵਨੀਤ ਬਿੱਟੂ ਮੈਨੂੰ ਸੰਬੋਧਨ ਕੀਤਾ। ਕਾਂਗਰਸ ਇਹੀ ਕਹਿੰਦੀ ਹੈ ਨਾ ਕਿ ਰਵਨੀਤ ਸਿੰਘ ਬਿੱਟੂ ਜਦੋਂ ਕਾਂਗਰਸ ਚ ਸੀਗੇ ਉਸ ਵੇਲੇ ਕਿਤੇ ਨਾ ਕਿਤੇ ਬੀਜੇਪੀ ਨਾਲ ਸੈਟਿੰਗ ਸੀਗੀ, ਗੱਦਾਰੀ ਕੀਤੀ ਸੀ। ਬਿੱਟੂ ਸਾਹਿਬ ਪ੍ਰਧਾਨ ਮੰਤਰੀ ਆਏ, ਤੁਹਾਡੀ ਤਾਰੀਫ ਬੜੀ ਕਰਕੇ ਗਏ, ਕਹਿੰਦੇ ਕਿ ਰਵਨੀਤ ਸਿੰਘ ਬਿੱਟੂ ਮੇਰੇ ਦੋਸਤ ਨੇ। ਦੇਖੋ ਅੱਜ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਉਹ ਵੀ ਸ਼੍ਰੀ ਨਰਿੰਦਰ ਮੋਦੀ ਜੀ ਵਰਗੇ, ਜਦੋਂ ਅੱਜ ਉਹਨਾਂ ਨੇ ਸੰਬੋਧਨ ਕੀਤਾ ਸਾਰੇ ਕੈਂਡੀਡੇਟਾਂ ਦਾ ਨਾਂ ਲਿਆ, ਤੇ ਮੈਨੂੰ ਆਪਣਾ ਮਿੱਤਰ ਕਹਿ ਕੇ, ਆਪਣਾ ਦੋਸਤ ਕਹਿ ਕੇ ਰਵਨੀਤ ਬਿੱਟੂ ਮੈਨੂੰ ਸੰਬੋਧਨ ਕੀਤਾ, ਮੇਰੇ ਲਈ ਇਦੋਂ ਬੜੀ ਮਾਣ ਤੇ ਫਕਰ ਦੀ ਕੀ ਗੱਲ ਹੋ ਸਕਦੀ ਹੈ। ਇਹਦੇ ਪਿੱਛੇ ਪਰ ਕਾਰਨ ਨੇ, ਜਦੋਂ ਮੈਂ ਕਾਂਗਰਸ ਪਾਰਟੀ ਸੀ ਮੈਂ ਹਮੇਸ਼ਾ, ਕਿਉਂਕਿ ਕਾਂਗਰਸ ਪਾਰਟੀ ਚ ਵੀ ਰਹਿ ਕੇ ਮੈਂ ਦੇਸ਼ ਦੀ ਗੱਲ ਕਰਦਾ ਸੀ, ਤੇ ਜਦੋਂ ਵੀ ਨਰਿੰਦਰ ਮੋਦੀ ਜੀ, ਕਿਉਂਕਿ ਦੇਸ਼ ਤਾਂ ਸਭ ਦਾ ਏ, ਉੱਥੇ ਕਾਂਗਰਸ ਪਾਰਟੀ ਜਾਂ ਬੀਜੇਪੀ ਨਹੀਂ ਰਹਿੰਦੀ, ਉੱਥੇ ਦੇਸ਼ ਆ ਜਾਂਦਾ, ਦੇਸ਼ ਦੇ ਲੋਕ ਆ ਜਾਂਦੇ ਆ। ਜਦੋਂ ਵੀ ਇਹੋ ਜਿਹੀ ਕੋਈ ਭੀੜ ਪਈ ਤਾਂ ਓਪੋਜੀਸ਼ਨ ਚੋਂ ਡਟ ਕੇ ਮੈਂ ਦੇਸ਼ ਦੇ ਨਾਲ ਖੜਾ ਹੋਇਆ, ਤੇ ਨਰਿੰਦਰ ਮੋਦੀ ਜੀ ਨੇ ਦੋ ਵਾਰ ਐਸਾ ਹਾਊਸ ਦੇ ਵਿੱਚ, ਕੋਈ ਚੋਰੀ ਨਹੀਂ, ਹਾਊਸ ਦੇ ਵਿੱਚ ਮੈਨੂੰ ਸੱਦ ਕੇ ਇਹ ਗੱਲ ਕਹੀ ਵੀ ਆਹ ਇਸ ਵੇਲੇ ਕੈਨੇਡਾ ਸਾਡੇ ਉਲਟ ਕਰ ਰਿਹਾ, ਪਾਕਿਸਤਾਨ ਸਾਡੇ ਉਲਟ ਬੋਲ ਰਿਹਾ, ਤੇ ਤੁਸੀਂ ਜ਼ਰੂਰ ਓਪੋਜੀਸ਼ਨ ਵੱਲੋਂ ਇਹ ਗੱਲ ਮੁੱਦਾ ਉਠਾਓ, ਮੇਰੀ ਪਾਰਟੀ ਲਈ ਨਹੀਂ ਦੇਸ਼ ਲਈ। ਤੇ ਮੈਂ ਹਮੇਸ਼ਾ ਉਹ ਗੱਲ ਕੀਤੀ, ਤੇ ਪਾਰਲੀਮੈਂਟ ਦੇ ਵਿੱਚ ਕੀਤੀ, ਕੋਈ ਲੋਕ ਕੇ ਥੋੜੀ ਕੀਤੀ, ਉਹ ਤਾਂ ਦੇਸ਼ ਦੀ ਜਦ ਗੱਲ ਆਈ ਉਹ ਦੇਸ਼ ਦੇ ਹਿੱਤਾਂ ਚ, ਤਾਂ ਅੱਜ ਨਰਿੰਦਰ ਮੋਦੀ ਜੀ ਮੈਨੂੰ ਆਪਣਾ ਮਿੱਤਰ ਕਹਿ ਕੇ ਗਏ ਆ। ਮੈਂ ਤਾਂ ਖੈਰ ਮੈਂ ਤਾਂ ਬਹੁਤ ਛੋਟਾ ਏ ਉਹਨਾਂ ਮੁਤਾਬਕ, ਪਰ ਉਹਨਾਂ ਨੇ ਅੱਜ ਮੈਨੂੰ ਆਪਣਾ ਮਿੱਤਰ ਕਹਿ ਕੇ ਸੰਬੋਧਨ ਕੀਤਾ, ਤੇ ਮੈਂ ਸਮਝਦਾ ਜੋ ਮੈਂ ਦੇਸ਼ ਲਈ, ਪੰਜਾਬ ਦੇ ਲੋਕਾਂ ਲਈ ਹਮੇਸ਼ਾ ਉਹਨਾਂ ਦੀ ਜਾਨ ਮਾਲ ਰਾਖੀ ਲਈ ਜੋ ਆਵਾਜ਼ ਉਠਾਈ, ਅੱਜ ਸਮਝਦਾ ਮੈਨੂੰ ਕਿਤੇ ਨਾ ਕਿਤੇ ਉਹਦਾ ਫਾਲਾ ਜਿਹੜਾ ਉਹ ਮੋਦੀ ਸਾਹਿਬ ਨੇ, ਅੱਜ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਮੈਨੂੰ ਦਿੱਤਾ। ਲੇਕਿਨ ਕਾਂਗਰਸ ਇਹੀ ਕਹਿੰਦੀ ਹੈ ਨਾ ਕਿ ਰਵਨੀਤ ਸਿੰਘ ਬਿੱਟੂ ਜਦੋਂ ਕਾਂਗਰਸ ਚ ਸੀਗੇ ਉਸ ਵੇਲੇ ਕਿਤੇ ਨਾ ਕਿਤੇ ਬੀਜੇਪੀ ਨਾਲ ਸੈਟਿੰਗ ਸੀਗੀ, ਗੱਦਾਰੀ ਕੀਤੀ ਸੀ। ਦੇਖੋ ਗੱਲ ਇਹ ਆ, ਇਹਦਾ ਮਤਲਬ ਤਾਂ ਫਿਰ ਮੈਂ ਦੇਸ਼ ਨਾਲ ਗੱਦਾਰੀ ਕਰਦਾ, ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਇਹਦਾ ਮਤਲਬ ਤੁਸੀਂ ਦੇਸ਼ ਦੇ ਗੱਦਾਰ ਹੋ। ਮੈਂ ਜਿਹੜਾ ਦੇਸ਼ ਦੀ ਗੱਲ ਕਰੂੰਗਾ ਮੈਂ ਉਹਦੇ ਨਾਲ ਖੜੂੰਗਾ, ਮੇਰੇ ਲਈ ਦੇਸ਼ ਸਭ ਤੋਂ ਪਹਿਲਾਂ ਹੈ, ਕਿਉਂਕਿ ਮੇਰੇ ਦਾਦਾ ਜੀ ਸਰਦਾਰ ਬੇਅੰਤ ਸਿੰਘ ਦੇ ਮੇਰੇ ਲਹੂ ਟੁਕੜੇ ਟੁਕੜੇ ਉਹਨਾਂ ਨੇ ਸਰੀਰ ਦੇ ਕਰਵਾਏ ਆ, ਮੇਰੇ ਲਈ ਦੇਸ਼ ਤੇ ਆ ਪੰਜਾਬ ਸਭ ਤੋਂ ਜ਼ਰੂਰੀ, ਪੰਜਾਬ ਆ, ਜੇ ਪੰਜਾਬ ਦਾ ਇੱਕ ਲਹੂ ਦਾ ਕਤਰਾ ਵੀ ਮੈਂ ਡੁੱਲਣ ਨਹੀਂ ਦਿੰਦਾ, ਉਹਦੇ ਲਈ ਮੈਨੂੰ ਕੁਛ ਵੀ ਕਰਨਾ ਪਵੇ, ਚਾਹੇ ਮੈਨੂੰ ਕੋਈ ਗਦਾਰ ਕਹਿ ਲੇ, ਚਾਹੇ ਮੈਨੂੰ ਕੁਛ ਕਹਿ ਲੇ, ਪਰ ਮੈਂ ਪੰਜਾਬ ਦੇ ਨਾਲ ਖੜਾ। ਤੇ ਪੰਜਾਬ ਦੇ ਜਦੋਂ ਕਿਸਾਨ ਬੈਠੇ, ਕੋਈ MP ਬੈਠਾ, ਮੈਂ ਹੀ ਸੀ ਜਿਹੜਾ 1.25 ਸਾਲ ਧਰਨੇ ਤੇ ਬੈਠਾ ਰਿਹਾ, ਤੇ ਜਦੋਂ IK 47 ਚੱਲਦੀ ਸੀ ਮੇਰੇ ਹੀ ਦਾਦਾ ਜੀ ਸੀ, ਤੇ ਅੱਜ ਜਦੋਂ ਕੈਨੇਡਾ ਵਰਗਾ ਦੇਸ਼, ਪਾਕਿਸਤਾਨ ਵਰਗਾ ਦੇਸ਼ ਸਾਡੇ ਉਰੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦਾ ਸੀ, ਇੱਕ ਮੋਡਿਊਲ ਚੱਲ ਰਿਹਾ ਸੀ, ਤੇ ਉਹ ਚ ਮੈਂ ਪੰਜਾਬ ਦੇ ਅਮਨ ਸ਼ਾਂਤੀ ਲਈ ਮੈਂ ਤਾਂ ਖੜਾ ਹੋਇਆ, ਉਹਦੇ ਲਈ ਮੈਨੂੰ ਕੋਈ ਮੈਨੂੰ ਕੁਛ ਸਰਟੀਫਿਕੇਟ ਕੋਈ ਮੈਨੂੰ ਦੇ ਨਹੀਂ ਸਕਦਾ। ਕਾਂਗਰਸ ਦੇ ਉੱਤੇ ਪ੍ਰਧਾਨ ਮੰਤਰੀ ਨੇ ਇਲਜ਼ਾਮ ਲਗਾਏ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਵਾ ਉਹ ਪਹਿਲਾਂ ਹੀ 47 ਵੇਲੇ ਵੀ, ਔਰ ਉਸ ਤੋਂ ਬਾਅਦ ਜਦੋਂ ਜੰਗ ਹੋਈ, ਜਦੋਂ 90,000 ਸੈਨਿਕ ਜਿਹੜੇ ਨੇ ਪਾਕਿਸਤਾਨ ਦੇ ਫੜ ਲਏ ਸੀ, ਉਸ ਵੇਲੇ ਕਰਤਾਰਪੁਰ ਸਾਹਿਬ ਪੰਜਾਬ ਚ ਭਾਰਤ ਚ ਆ ਸਕਦਾ ਸੀਗਾ, ਲੇਕਿਨ ਕਾਂਗਰਸ ਨੇ ਇੱਕ ਕੈਟਾਗਰੀ ਨੂੰ ਖੁਸ਼ ਕਰਨ ਦੇ ਲਈ ਜਿਹੜਾ ਉਹ ਨਹੀਂ ਲਿਆ, ਔਰ ਮੈਂ ਕਰਤਾਰਪੁਰ ਸਾਹਿਬ ਜਿਹੜਾ ਖੁਲਵਾਇਆ ਭਾਜਪਾ ਨੇ ਖੁਲਵਾਇਆ। ਡਾਂਕਾ ਜੀ ਗੱਲ ਇਹ ਆ ਵੀ ਆਪਾਂ ਤਾਂ ਹੁਣ 5 ਮਿੰਟ ਨਿਕਲੇ ਆਈ ਆ ਨਾ, ਆਪਾਂ ਪ੍ਰਧਾਨ ਮੰਤਰੀ ਜੀ ਦੇ ਹੈਲੀਕਾਪਟਰ ਉੜੇ ਨੇ ਤੇ ਆਪਾਂ ਗੱਡੀ ਚ ਬਹਿ ਕੇ ਗੱਲ ਕਰਨ ਲੱਗ ਗਏ ਆ। ਤੁਸੀਂ ਇੱਕ ਇੱਕ ਉਸ ਵੇਲੇ ਲੋਕਾਂ ਦੀ ਇੱਕ ਇੱਕ ਤਿਰੰਗਾ ਉਮੰਗ ਦੇਖਣੀ ਸੀ ਵੀ ਜਦੋਂ ਉਹਨਾਂ ਨੇ ਕਿਹਾ ਵੀ ਜੇ ਮੈਂ ਮੋਦੀ
ਉਸ ਵੇਲੇ ਪ੍ਰਧਾਨ ਮੰਤਰੀ ਹੁੰਦਾ ਤੇ 90,000 ਫੌਜੀ ਪਾਕਿਸਤਾਨ ਦੇ ਤਦ ਛੱਡਦਾ ਜਦੋਂ ਮੈਂ ਆਪਣੀ ਪਵਿੱਤਰ ਧਰਤੀ ਪਾਕਿਸਤਾਨ ਚ ਗੁਰੂ ਨਾਨਕ ਦੇਵ ਜੀ ਦੀ ਕਰਤਾਰਪੁਰ ਸਾਹਿਬ ਇੱਧਰ ਨਾ ਕਰਾਉਂਦਾ। ਤੇ ਅੱਜ ਵੀ ਦੇਖੋ ਉਹਨਾਂ ਦੀ ਮਨ ਦੀ ਗੱਲ ਆ, ਅੱਜ ਵੀ ਉਹਨਾਂ ਨੇ ਕਰਕੇ ਦਿਖਾਇਆ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਗੁਰੂ ਨਾਨਕ ਦੇਵ ਜੀ ਦੇ ਅੱਜ ਮੱਥਾ ਟੇਕ ਕੇ ਵਾਪਸ ਆਉਣੇ। ਤੇ ਸਾਹਿਬਜ਼ਾਦਿਆਂ ਦੀ ਉਹਨਾਂ ਨੇ ਗੱਲ ਕੀਤੀ, ਅੱਜ ਫੇਰ ਕੀਤੀ ਸਾਹਿਬਜ਼ਾਦਿਆਂ ਦੀ ਵੀ ਕਿਉਂ ਕਿਉਂ ਕਾਂਗਰਸ ਪਾਰਟੀ ਡਰਦੀ ਸੀ, ਕਿਉਂ ਸਾਹਿਬਜ਼ਾਦਿਆਂ ਦੇ ਜਿਹੜਾ ਪਵਿੱਤਰ ਨਾਂ ਤੇ ਉਹਨਾਂ ਦੀ ਵੱਡੀ ਕੁਰਬਾਨੀ, ਕਿਉਂਕਿ ਗੱਲ ਉਹਨਾਂ ਦੀ ਠੀਕ ਆ, ਹਿੰਦੂ ਸਿੱਖ 9 ਮਾਸ ਦਾ ਰਿਸ਼ਤਾ ਇੱਕ ਨੇ ਤੇ ਉਹ ਦੋਨਾਂ ਨੂੰ ਐ ਨਾਲ ਲੈ ਕੇ ਚੱਲਦੇ ਆ ਮੋਦੀ ਜੀ। ਤੇ ਜਿਵੇਂ ਉਹਨਾਂ ਨੇ ਕਿਹਾ ਵੀ ਇੱਕ ਵਰਗ ਨੂੰ ਖੁਸ਼ ਕਰਨ ਲਈ ਹਮੇਸ਼ਾ ਸਿੱਖਾਂ ਨੂੰ, ਸਿੱਖਾਂ ਦੇ ਤਾਂ ਆਹੀ 1 ਜੂਨ ਆ ਜਾਣਾ ਜਿੱਦਣ ਵੋਟਾਂ ਆਏ, ਕਿਹੜੇ ਕਿਹੜੇ ਮੈਂ ਸਮਝਦਾ ਵੀ ਜੋ ਅੱਜ ਇਹ ਗੱਲ ਕਹੀ ਆ ਮੋਦੀ ਜੀ ਨੇ, ਕਿਹੜੇ ਅਧਿਕਾਰ ਕਿਹੜੇ ਮੂੰਹ ਨਾਲ ਇਹ ਕੋਈ ਸਿੱਖ ਕੋਈ ਪੰਜਾਬੀ ਪੰਜੇ ਦਾ ਬਟਨ ਕਿਵੇਂ ਦੱਬੂਗਾ ਕੋਈ, ਮੈਨੂੰ ਇਹ ਦੱਸੋ। 1 ਜੂਨ ਨੂੰ ਸਿੱਧਾ ਇੰਦਰਾ ਗਾਂਧੀ ਨੇ ਸਿੱਧਾ ਜਰਨੈਲਾਂ ਨੂੰ ਹੁਕਮ ਦਿੱਤੇ ਸੀ ਵੀ ਤੋਪ ਦੇ ਗੋਲੇ LMGਆਂ RPG ਲਾਂਚਰ ਸਾਰੇ ਆ ਜਿਹੜੇ ਉਹ ਦਰਬਾਰ ਸਾਹਿਬ ਤੇ ਬੀੜ ਤੇ ਸੀ। 1 ਜੂਨ ਨੂੰ ਬੱਚੇ ਲੇਡੀਜ਼ ਬੰਦੇ, ਅਸੀਂ ਤਾਂ ਬਥੇਰਾ ਕਾਂਗਰਸ ਪਾਰਟੀ ਚ ਜਦੋਂ ਸੀਗੇ ਬਹੁਤ ਸੁਣੀਆਂ ਗੱਲਾਂ, ਬਹੁਤ ਲੋਕ ਇਸ ਗੱਲ ਦੇ ਨਾਲ ਗੁੱਸੇ ਸੀ, ਪਰ ਇਸ ਵਾਰ ਤਾਂ ਵੋਟਾਂ ਹੀ 1 ਜੂਨ ਨੂੰ ਆ ਗਈਆਂ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਹੋਇਆ ਸੀ, ਸਮਝ ਲਓ ਸਿੱਖਾਂ ਤੇ ਹਮਲਾ ਸ਼ੁਰੂ ਹੋਇਆ ਸੀ, ਪੰਜਾਬੀਆਂ ਤੇ ਹਮਲਾ ਸ਼ੁਰੂ ਹੋਇਆ ਸੀ, ਉਹ ਗੱਲ ਮੋਦੀ ਜੀ ਕਹਿ ਰਹੇ ਆ। ਤੇ ਉਹਦਾ ਰਿਜ਼ਲਟ ਆ ਜਿਹੜਾ ਤੁਸੀਂ ਦੇਖੋ 1 ਜੂਨ ਨੂੰ ਲੋਕ ਵੋਟਾਂ ਪਾ ਕੇ ਦੇਣਗੇ। ਮੋਦੀ ਜੀ ਨੇ ਤਾਂ ਇੱਕ ਪਾਸੇ ਅੱਜ ਜੇ ਉਹਨਾਂ ਨੇ ਕਿਹਾ ਮੈਂ ਮੰਤਰੀ ਭੇਜਿਆ ਗੁਰੂ ਗ੍ਰੰਥ ਸਾਹਿਬ ਜੀ ਵੀ ਕੋਈ ਬੇਅਦਬੀ ਨਾ ਹੋ ਜੇ, ਪੰਜਾਬ ਚ ਤਾਂ ਸਰਕਾਰਾਂ ਨੇ ਬੇਅਦਬੀ ਕਰਾਈ ਨਾ, ਜਦੋਂ ਅਫਗਾਨਿਸਤਾਨ ਚ ਇਹ ਜੀ ਨੌਬਤ ਆਈ ਉਹਨਾਂ ਨੇ ਹਰਦੀਪ ਪੁਰੀ ਜੀ ਮੰਤਰੀ ਭੇਜੇ ਜਹਾਜ਼ ਦੇ ਕੇ ਵੀ ਉਹ ਮਹਾਰਾਜ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਆਦਰ ਮਾਨ ਨਾਲ ਸਿਰ ਤੇ ਰੱਖ ਕੇ ਲੈ ਕੇ ਆਓ, ਤੇ ਕੈਬਨਿਟ ਮੰਤਰੀ ਲੈ ਕੇ ਆਇਆ, 300 ਕਰੋੜ ਤੋਂ ਉੱਤੇ GST ਵਾਪਸ ਹੋ ਰਿਹਾ। ਇਸ ਕਰਕੇ ਅੱਜ ਰਾਮ ਦੀ ਗੱਲ ਕੀਤੀ, ਅੱਜ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ, ਅੱਜ ਗੁਰੂ ਗੋਬਿੰਦ ਸਿੰਘ ਦੀ ਗੱਲ ਕੀਤੀ, ਅੱਜ ਸਾਹਿਬਜ਼ਾਦਿਆਂ ਦੀ ਗੱਲ ਕੀਤੀ, ਅੱਜ ਗੱਲ ਹੀ ਉਹਨਾਂ ਨੇ ਸਾਰੀ ਆ ਜਿਹੜੀ ਉਹ ਧਾਰਮਿਕ ਗੱਲ ਕੀਤੀ। ਕੋਈ ਕਿੱਥੇ ਮੈਨੂੰ ਦੱਸੋ ਜਿਹੜਾ ਇਹ ਕਹਿੰਦੇ ਆ ਕੱਟੜਬਾਜ ਜੀ, ਦੂਜਾ ਜੀ, ਫਲਾਨਾ ਜੀ, ਅੱਜ ਸਿਰਫ ਗੁਰੂਆਂ ਤੋਂ ਸਿਵਾਏ ਕੋਈ ਗੱਲ ਮੋਦੀ ਸਾਹਿਬ ਨੇ ਨਹੀਂ ਕੀਤੀ। ਤੇ ਪੰਜਾਬ ਲਈ ਇਹ ਕਿਹਾ, ਜਿਹੜਾ ਸਭ ਤੋਂ ਵੱਡੀ ਗੱਲ ਪੰਜਾਬ ਲਈ ਇਹ ਕਿਹਾ ਵੀ ਇਹ ਪੰਜਾਬ ਚ ਜਿਹੜਾ ਦੁਬਾਰਾ ਜਿਵੇਂ ਅੱਤਵਾਦ ਸੀ ਉਵੇਂ ਗੈਂਗਸਟਰਵਾਦ ਚੱਲ ਰਿਹਾ ਵੀ ਉਹ ਗੈਂਗਸਟਰਵਾਦ ਮੈਂ ਖਤਮ ਕਰੂੰਗਾ, ਮੇਰੀ ਜ਼ਿੰਮੇਵਾਰੀ ਹੋਊਗੀ ਉਹਨੂੰ ਖਤਮ ਕਰਨਾ 4 ਜੂਨ ਤੋਂ ਬਾਅਦ ਜਿੱਦਣ ਵੋਟਾਂ ਪੈ ਗਈਆਂ ਤੇ ਮੇਰਾ ਕੰਮ ਹੋਊਗਾ। ਤੇ ਮੈਨੂੰ ਅਖੀਰ ਮੋਢੇ ਤੇ ਹੱਥ ਮਾਰ ਕੇ ਆਸ਼ੀਰਵਾਦ ਕਹਿ ਕੇ ਵੀ ਬਿੱਟੂ ਹਰ ਹਾਲ ਜਿੱਤ ਕੇ ਆਉਣਾ, ਤੇ ਇਸ ਲਈ ਮੈਂ ਦਿੱਲੀ ਤੁਹਾਡੀ ਉਡੀਕ ਕਰ ਰਿਹਾ, ਜਿੱਤ ਕੇ ਦਿੱਲੀ ਪਹੁੰਚੋ। ਡੇਰਾ ਬਿਆਸ ਤੁਸੀਂ ਵੀ ਗਏ, ਡੇਰੇ ਬਿਆਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਡੇਰੇ ਬਿਆਸ ਦਾ ਕਿੰਨਾ ਅਸਰ ਜਿਹੜਾ ਤੁਹਾਨੂੰ ਨਜ਼ਰ ਆਉਂਦਾ? ਦੇਖੋ ਗੱਲ ਇਹ ਹੈ ਪੰਕਜ, ਡੇਰਾ ਬਿਆਸ ਪ੍ਰਧਾਨ ਮੰਤਰੀ ਜੀ ਲਗਾਤਾਰ ਬਾਬਾ ਜੀ ਨਾਲ ਹਮੇਸ਼ਾ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਬਹੁਤ ਗੱਲਾਂ ਉਹਨਾਂ ਨੂੰ ਪਤਾ ਸੀ, ਸੁਣੀਆਂ ਸੀ, ਮੇਰੀ ਆਪ ਦੀ ਗੱਲ ਹੋਈ ਬਾਬਾ ਜੀ ਨਾਲ ਵੀ ਪ੍ਰਧਾਨ ਮੰਤਰੀ ਜੀ ਨਾਲ ਵੀ। ਪ੍ਰਧਾਨ ਮੰਤਰੀ ਜਦੋਂ ਆਏ ਬਾਬਾ ਜੀ ਨੇ ਕੱਲੀ ਕੱਲੀ ਚੀਜ਼ ਦਿਖਾਈ, ਕਿਉਂਕਿ ਕੋਵਿਡ ਤੋਂ ਬਾਅਦ ਉਹਨਾਂ ਦੇ ਮਨ ਚ ਇਹ ਸੀ ਵੀ ਐਡੀ ਵੱਡੀ ਸੇਵਾ ਡੇਰਾ ਜਿਹੜਾ ਏ ਉਹ ਜਿਹੜੀ ਕੀਤੀ, ਤੇ ਡੇਰਾ ਬਿਆਸ ਨੇ ਕਿ ਪ੍ਰਧਾਨ ਮੰਤਰੀ ਜੀ ਰੋਕ ਨਹੀਂ ਸਕੇ ਤੇ ਉਹ ਸਿੱਧਾ ਬਾਬਾ ਜੀ ਕੋਲ ਆ ਕੇ ਸਾਰਾ ਕੱਲਾ ਕੱਲਾ ਡੇਰੇ ਦੀ ਚੀਜ਼ ਬਾਬਾ ਜੀ ਨੇ ਦਿਖਾਈ। ਤੇ ਅੱਜ ਉੱਥੇ ਬੜਾ ਇੱਕ ਥੋੜਾ ਜਿਹਾ ਇੱਕ ਜਿਹੜੀ ਫੌਜ ਦੇ ਨੇੜੇ ਤੇੜੇ ਉਹ ਡੇਰੇ ਦੀਆਂ ਕਈ ਜਿਹੜੀਆਂ ਬਾਉਂਡਰੀ ਸੀ, ਉਦੋਂ ਬਾਅਦ ਜਦੋਂ ਡੇਰੇ ਦੀ ਸੇਵਾ ਦੇਖੀ
ਵੀ ਬਾਬਾ ਜੀ ਦੀਆਂ ਗੱਲਾਂ ਸੁਣੀਆਂ ਪ੍ਰਧਾਨ ਮੰਤਰੀ ਜੀ ਨੇ, ਉਦੋਂ ਹੀ ਆਪਣੇ ਫੌਜ ਦੇ ਅਫਸਰ ਬੁਲਾ ਕੇ, ਜਰਨੈਲ ਬੁਲਾ ਕੇ, ਵੀ ਜਿਹੜਾ ਵੀ ਕੁਛ ਹੈ ਉਹ ਡੇ ਜੋ ਡੇਰੇ ਦੇ ਬਾਬਾ ਜੀ ਕਹਿੰਦੇ ਆ ਉਸ ਤਰੀਕੇ ਨਾਲ ਚੱਲੋ। ਇਦੋਂ ਵੱਡੀ ਸੇਵਾ ਹੈ ਜਿਹੜੀ ਉਹ ਕੋਈ ਹੋ ਨਹੀਂ ਸਕਦੀ ਜਿਹੜਾ ਡੇਰਾ ਬਿਆਸ ਕਰ ਰਿਹਾ। ਸਭ ਤੋਂ ਪਹਿਲਾਂ ਜ਼ਿਕਰ ਅੱਜ ਦੇਖੋ ਖੁਸ਼ੀ ਦੀ ਗੱਲ, ਇੱਕ ਪ੍ਰਧਾਨ ਮੰਤਰੀ ਪਹਿਲੀ ਗੱਲ ਡੇਰਾ ਬਿਆਸ ਦੀ ਉਹਨਾਂ ਨੇ ਕੀਤੀ। ਅੱਜ ਮੈਂ ਕਹਿੰਦਾ ਇੰਨੀ ਖੁਸ਼ੀ ਹੋਈ ਵੀ ਕਿਸ ਤਰੀਕੇ ਨਾਲ ਉਹ ਸਫਾਈ ਦੀ ਸੇਵਾ ਹੈ, ਉਹ ਲੋਕਾਂ ਦੇ ਅਭਿਆਨ ਬਲੱਡ ਡੋਨੇਸ਼ਨ ਚੱਲਦੇ ਆ, ਲੰਗਰ ਚੱਲਦੇ ਆ, ਇੱਕ ਦੂਜੇ ਦੀ ਇੰਨੀ ਮਦਦ ਕਰਦੇ ਆ ਡੇਰਾ। ਤੇ ਅੱਜ ਲੁਧਿਆਣੇ ਦੀ ਜੀ ਮੈਂ ਕਹਿੰਦਾ ਲੱਖਾਂ ਦੀ ਗਿਣਤੀ ਚ ਸਾਡੇ ਡੇਰਾ ਬਿਆਸ ਦੇ ਲੋਕ ਬੈਠੇ ਆ, ਤੇ ਉਹਨਾਂ ਦੇ ਅੱਜ ਮਨ ਚ ਕਿੰਨੀ ਖੁਸ਼ੀ ਹੋਊਗੀ ਵੀ ਪ੍ਰਧਾਨ ਮੰਤਰੀ ਜੀ ਨੇ ਆ ਕੇ ਅੱਜ ਜੇ ਗੱਲ ਕੀਤੀ ਤਾਂ ਉਹ ਡੇਰਾ ਬਿਆਸ ਦੀ ਕੀਤੀ, ਬਾਬਾ ਜੀ ਦੀ ਕੀਤੀ। ਇੰਨੀ ਮਨ ਚ ਪ੍ਰਸੰਨਤਾ, ਇੰਨੀ ਖੁਸ਼ੀ ਆ, ਚਾਹ ਏ ਅੱਜ ਅੱਜ ਡੇਰੇ ਉਹ ਤਾਂ ਡੇਰਾ ਬਿਆਸ ਹੈ, ਅੱਜ ਕਿੰਨੇ ਲੋਕ ਹੋਰ ਸੇਵਾ ਦੇ ਵਿੱਚ ਲੀਨ ਹੋਣਗੇ। ਜਦੋਂ ਪ੍ਰਧਾਨ ਮੰਤਰੀ ਜੀ ਨੇ ਜ਼ਿਕਰ ਕੀਤਾ ਹੈ, ਉਹਨਾਂ ਦਾ ਧੰਨਵਾਦ ਕੀਤਾ ਹੈ ਵੀ ਜੋ ਕੁਛ ਕਰ ਰਹੇ ਆ ਮੈਂ ਉਹਨੂੰ ਸਿਜਦਾ ਕਰਦਾ, ਮੈਂ ਸਿਰ ਝੁਕਾਉਣਾ ਉਹਨਾਂ ਮੂਹਰੇ। ਪਾਕਿਸਤਾਨ ਦਾ ਜ਼ਿਕਰ ਕੀਤਾ, ਕਹਿੰਦੇ ਕਿ ਇਸ ਵੇਲੇ ਕੋਈ ਜਿਹੜਾ ਵੈ ਪਾਕਿਸਤਾਨ ਦੇ ਅੰਦਰ ਵੜ ਕੇ ਜਿਹੜਾ ਉਹ ਮਾਰੀ ਦਾ ਇਹ ਆ ਮੋਦੀ, ਇਹਨੂੰ ਕਹਿੰਦੇ ਮੋਦੀ ਬ੍ਰੈਂਡ। ਆ ਕੁਛ ਕਿਲੋਮੀਟਰ ਪਾਕਿਸਤਾਨ ਤੋਂ ਖੜੇ ਸੀ, ਤੇ ਪ੍ਰਧਾਨ ਮੰਤਰੀ ਇਹ ਕਹਿੰਦੇ ਵੀ ਤੇਰੇ 100 ਵਾਰ ਸੋਚਦਾ ਹੁਣ ਪਾਕਿਸਤਾਨ, ਜਿਹੜਾ ਰੋਜ਼ ਇੱਥੇ ਘੁਸਪੈਠ ਕਰਦਾ ਸੀ ਰੋਜ਼, ਵੀ ਅੱਜ ਵਿੱਚ ਵੜ ਕੇ ਮੈਂ ਸਰਜੀਕਲ ਸਟ੍ਰਾਈਕ ਵਿੱਚ ਵੜ ਕੇ ਠੋਕਿਆ ਤੇ ਅੱਜ ਚੂ ਨਹੀਂ ਕਰਦਾ, ਤੇ ਇਹ ਕਿਵੇਂ ਇਹਦਾ ਫਾਇਦਾ। ਇਸ ਗੱਲ ਦਾ ਤੁਸੀਂ ਇਹ ਵੀ ਦੇਖ ਲਿਓ ਆਉਣ ਵਾਲੇ ਅਗਲੇ ਆ ਇਲੈਕਸ਼ਨਾਂ ਤੋਂ ਬਾਅਦ ਜਿਵੇਂ ਕੋਰੀਡੋਰ ਖੁੱਲਿਆ, ਲਾਂਘਾ ਬਣਿਆ, ਉਵੇਂ ਹੀ ਵਪਾਰ ਲਈ ਇਸੇ ਤਰੀਕੇ ਨੇ ਇੱਕ ਟੈਲੀਫੋਨ ਮਾਰੇ ਤੇ ਉਹ ਜਿਹੜੇ ਆ ਜਿਹੜਾ ਬਾਘਾ ਬਾਰਡਰ ਆ ਉਹ ਵੀ ਖੁੱਲੂ ਤੇ ਵਪਾਰ ਆਪਣਾ ਜਿਹੜਾ ਇਹ ਪੰਜਾਬ ਦਾ ਉਹ ਉਧਰ ਨੂੰ ਸ਼ੁਰੂ ਹੋਊ। ਇਸ ਕਰਕੇ ਬਾਰਡਰ ਖੁੱਲੇਗਾ ਵਪਾਰ ਵਾਸਤੇ, ਮੈਂ ਕਿਹਾ ਤਾਂ ਹੀ ਤਾਂ ਕਹਿੰਦੇ ਆ ਬਾਰ ਬਾਰ ਬਈ ਬੀਜੇਪੀ ਨੂੰ ਆਪਾਂ ਸੀਟਾਂ ਦੇ ਦਈਏ, ਆਪਾਂ ਸਭ ਕੁਛ ਹੀ ਕਰਾਉਣਾ, ਆਪਾਂ ਨੂੰ ਆਪਣੇ ਕੋਲ ਬੰਦਰਗਾਹ ਨਹੀਂ ਗੀ, ਆਪਣੇ ਕੋਲ ਕੋਈ ਸਮੁੰਦਰ ਨਹੀਂ ਗਾ, ਆਪਣੇ ਕੋਲ ਕੁਛ ਹੋਰ ਨਹੀਂ, ਆਪਣੇ ਕੋਲ ਤਾਂ ਬਾਰਡਰ ਆ। ਜੇ ਪ੍ਰਧਾਨ ਮੰਤਰੀ ਨੇ ਸੜਕਾਂ ਸਾਰੀਆਂ ਬਣਾ ਤੀਆਂ, ਸਾਰਾ ਕੰਪਲੀਟ ਕੰਮ ਜਿਹੜਾ ਹੋਇਆ ਪਿਆ ਗਡਕਰੀ ਜੀ ਨੇ ਕੀਤਾ ਹੋਇਆ, ਤੇ ਉਹ ਜਿੱਦਣ ਖੁੱਲ ਗਿਆ ਤੇ ਪੰਜਾਬ ਵੀ ਬੰਬਈ ਤੋਂ ਘੱਟ ਨਹੀਂ ਹੋਏਗਾ, ਹੈਦਰਾਬਾਦ ਤੋਂ ਘੱਟ ਨਹੀਂ ਹੋਏਗਾ, ਕਿਉਂਕਿ ਸਾਡੇ ਲਈ ਇਹੀ ਪੋਰਟ ਨੇ, ਇਹੀ ਸਮੁੰਦਰ ਆ। ਇਹ ਰਾਹ ਜਦੋਂ ਖੁੱਲ ਜਾਣਾ ਹੈ, ਪੂਰੀ ਤਿਆਰੀ ਇਹਦੀ ਹੋਈ ਹੋਈ ਆ। ਤੁਸੀਂ ਲੁਧਿਆਣੇ ਤੋਂ ਬਿਜ਼ਨਸ ਦੇਖਿਓ ਕਿਵੇਂ ਚੱਲਦਾ, ਹਰ ਚੀਜ਼ ਆ ਜਿਹੜੀ ਉਹ ਜਿਹੜੀ ਆ ਪਾਕਿਸਤਾਨ ਅਫਗਾਨਿਸਤਾਨ ਦੇ ਰੂਸ ਰਾਜ ਸਭ ਜਗ੍ਹਾ ਜਿਹੜੀ ਆ ਉਹ ਪਹੁੰਚੂਗੀ। ਕਿੰਨੀਆਂ ਸੀਟਾਂ ਤੁਹਾਨੂੰ ਨਜ਼ਰ ਆਉਂਦੀਆਂ ਸੁਲੇ ਭਾਜਪਾ ਦੀ? ਦੇਖੋ ਇਸ ਵੇਲੇ ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਲੀਡਰ ਆ ਰਹੇ ਆ, 2 ਦਿਨ ਪਹਿਲਾਂ ਸਾਡੇ ਕੋਲ ਰਾਜਸਥਾਨ ਬਰਾਦਰੀ ਲਈ, ਭਾਈਚਾਰੇ ਲਈ ਰਾਜਸਥਾਨ ਦੇ ਸੀਐਮ ਆਏ, ਕੱਲ ਉੱਤਰਾਖੰਡ ਦੇ ਸੀਐਮ ਜਿਹੜੇ ਆ ਉਹ ਲੁਧਿਆਣਾ ਪਹੁੰਚ ਰਹੇ ਆ, ਉਦੋਂ ਅਗਲੇ ਦਿਨ ਸਾਡੇ ਕੋਲ ਅਮਿਤ ਸ਼ਾਹ ਜੀ ਜਿਹੜੇ ਪ੍ਰਧਾਨ ਮੰਤਰੀ ਤੋਂ ਮਤਲਬ ਇੱਕ ਜੋੜੀ ਆ ਜਿਹੜੀ ਚਲਾ ਰਹੀ ਆ ਉਹ ਆ ਰਹੇ ਨੇ, ਫਿਰ ਉਦੋਂ ਬਾਅਦ ਯੋਗੀ ਜੀ ਆ ਰਹੇ ਨੇ, ਫਿਰ ਗਡਕਰੀ ਜੀ ਆ ਰਹੇ ਆ। ਇਸ ਕਰਕੇ ਇਹ ਆਖਰੀ ਦਿਨ ਤਾਂ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਬੀਜੇਪੀ ਜਿਹੜੀ ਆ ਉਹ ਬੀਜੇਪੀ ਹੋਏਗੀ, ਤੇ ਘੱਟੋ ਘੱਟ ਮੈਂ ਅੱਜ ਕਹਿਣਾ ਦੇਖੋ ਲੁਧਿਆਣਾ ਸ਼ੋਰ ਸ਼ਾਰਟ ਜਿਹੜੀ ਸੀਟ ਆ ਸਾਡਾ ਕਾਂਗਰਸ ਨਾਲ ਮੁਕਾਬਲਾ ਹੀ ਹੈ ਨੀਗਾ, ਇੱਥੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਾਡੇ ਨਾਲ ਤੇ ਤੀਜੇ ਤੇ ਕਾਂਗਰਸ ਆ, ਪਰ ਇਹ ਵੈਸੇ ਰਲੇ ਹੋਏ ਆ ਦੋਨੋਂ, ਤੁਹਾਨੂੰ ਪਤਾ। ਆਨੰਦਪੁਰ ਸਾਹਿਬ ਮੈਂ ਸੀਟ ਆਪ ਲੜਕੀਆਂ ਹੈ, ਆਨੰਦਪੁਰ ਸਾਹਿਬ ਜਿੰਨੀ ਵਧੀਆ ਸੀਟ ਬੀਜੇਪੀ ਲਈ ਬਣੀ ਆ, ਅੱਜ ਗੁਰਦਾਸਪੁਰ ਪ੍ਰਧਾਨ ਮੰਤਰੀ ਜਾ ਕੇ ਆਇਆ, ਇਸ ਤਰੀਕੇ ਦਾ ਮਾਹੌਲ ਸੀ। ਤੇ ਪਟਿਆਲੇ ਇੱਕ ਦਿਨ ਪਹਿਲਾਂ ਜਾ ਕੇ ਆਇਆ, ਪਟਿਆਲੇ ਬਹੁਤ ਹੀ ਵਧੀਆ ਮਾਹੌਲ ਆ, ਇਸੇ ਤਰੀਕੇ ਨਾਲ ਹੁਸ਼ਿਆਰਪੁਰ ਆ ਉੱਥੇ ਬਹੁਤ ਵਧੀਆ ਮਾਹੌਲ ਆ, ਤੇ ਸ੍ਰੀ ਅੰਮ੍ਰਿਤਸਰ ਸਾਹਿਬ।
ਇਹ ਜਿਹੜੀਆਂ ਸੀਟਾਂ ਨੇ ਉਹਦੇ ਉੱਤੇ ਬੜਾ ਇਸ ਵੇਲੇ ਵਧੀਆ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ। ਇਹਦੇ ਨਾਲ ਹੋਰ ਸੀਟਾਂ ਵੀ, ਕਿਉਂਕਿ ਮੈਨੂੰ ਜਾਣਕਾਰੀ ਆ ਜਿਹੜੀ ਮੇਰੇ ਆਲੇ ਦੁਆਲੇ ਸੀਟਾਂ ਦੀ ਆ, ਪਰ ਹੋਰ ਸੀਟਾਂ ਵੀ ਤੁਸੀਂ ਇਸ ਵੇਲੇ ਦੇਖੋਗੇ ਬਹੁਤ ਵਧੀਆ ਰਿਜ਼ਲਟ ਆ ਜਿਹੜੇ। ਮੈਂ ਇਹ ਤੁਹਾਨੂੰ ਕਹਿ ਸਕਦਾ 5 ਤੋਂ 7 ਸੀਟਾਂ ਜਿਹੜੀਆਂ ਉਹ ਇਸ ਵੇਲੇ ਬੀਜੇਪੀ ਬਹੁਤ ਵਧੀਆ ਪਰਫਾਰਮੈਂਸ ਦੇ ਰਹੀ ਆ।